ਸਤਿ ਸ਼੍ਰੀ ਅਕਾਲ ਜੀ। ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਪ੍ਰਭ ਸਿੱਧੂ ਤੇ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਸੀਐਮ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫਾ, 417 ਨਵ ਨਿਯੁਕਤ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਅਕਾਲੀ ਦਲ ਦੀ ਮੁਆਫ਼ੀ ਤੇ ਵੀ ਲਈ ਚੁਟਕੀ। ਸੁਖਬੀਰ ਬਾਦਲ ਦੇ ਮੁਆਫ਼ੀਨਾਮੇ ਤੇ ਸੀਐਮ ਮਾਨ ਦਾ ਤੰਜ, ਸੀਐਮ ਮਾਨ ਦੇ ਤੰਜ ਤੋਂ ਬਾਅਦ ਭੜਕੇ ਅਕਾਲੀ ਦਲ ਦੇ ਬੁਲਾਰੇ, ਕਿਹਾ ਮੁੱਦਿਆਂ ਤੇ ਧਿਆਨ ਦਿਓ ਸੀਐਮ ਸਾਹਿਬ। ਜੇਲ੍ਹ ਚੋਂ ਬਾਹਰ ਆਇਆ ਰਾਮ ਰਹੀਮ, ਤੜਕਸਾਰ ਨਿਕਲਿਆ ਸੁਨਾਰੀਆ ਜੇਲ੍ਹ ਤੋਂ ਬਾਹਰ, ਵੀਡੀਓ ਜਾਰੀ ਕਰਕੇ ਆਪਣੇ ਸਮਰਥਕਾਂ ਨੂੰ ਦਿੱਤਾ ਸੁਨੇਹਾ। ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲਣ ਦਾ ਮਾਮਲਾ, ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਐਸਜੀਪੀਸੀ ਨੇ ਚੁੱਕੇ ਸਵਾਲ, ਹਰਿਆਣੇ 'ਚ ਵੋਟਾਂ ਕਰਕੇ ਦਿੱਤੀ ਗਈ ਹੈ ਪੈਰੋਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵ ਨਿਯੁਕਤੀ ਪੱਤਰ ਦਿੰਦਿਆਂ ਸਭ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਕੈਪਟਨ ਅਤੇ ਅਕਾਲੀ ਦਲ ਤੇ ਰੱਜ ਕੇ ਤੰਜ ਵੀ ਕਸੇ। ਸੀਐਮ ਦਾ ਕਹਿਣਾ ਹੈ ਕਿ ਇਹ ਤਾਂ ਪਤਾ ਚੱਲੇ ਕਿ ਅਕਾਲੀ ਦਲ ਆਖਿਰ ਕਿਸ ਚੀਜ਼ ਦੀ ਮੁਆਫ਼ੀ ਮੰਗ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਖ ਵੱਖ ਵਿਭਾਗਾਂ ਦੇ 417 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਅਤੇ ਨਾਲ ਹੀ ਉਹਨਾਂ ਨੂੰ ਵਧਾਈ ਵੀ ਦਿੱਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ 'ਚ ਹੀ ਹਰ ਨੌਜਵਾਨ ਨੂੰ ਕੰਮ ਮਿਲ ਜਾਵੇ ਤਾਂ ਉਸਨੂੰ ਫਿਰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਲਗਾਤਾਰ ਨੌਕਰੀਆਂ ਮਿਲ ਰਹੀਆਂ ਨੇ। ਕੋਈ ਨੌਕਰੀਆਂ ਨਹੀਂ ਕੱਢੀਆਂ, ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ? ਉਹੀ ਖਜ਼ਾਨਾ ਹੈ, ਉਹੀ ਸੈਕਟਰੀਏਟ ਹੈ, ਉਹੀ ਅਫਸਰ ਨੇ, ਹੁਣ ਕਿਵੇਂ ਹੋ ਜਾਂਦਾ? ਅੱਜ ਤੁਹਾਡੇ ਵਾਲੇ 417 ਪਾ ਕੇ 44,666 ਯਾਨੀ ਕਿ 2 ਚੌਕੇ 3 ਛੀਕੇ 44,666 ਨੌਕਰੀਆਂ ਅੱਜ ਹੋ ਗਈਆਂ, ਅੱਜ ਮਿਲਾ ਕੇ। ਔਰ ਅਸੀਂ ਹਰ ਰੋਜ਼ ਕਰਦੇ ਹਾਂ। ਹੁਣੇ ਅਜੇ 3 ਦਿਨ ਪਹਿਲਾਂ 300 ਤੋਂ ਕੁਛ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਕੇ ਆਇਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਤੇ ਤੰਜ ਕੱਸਿਆ। ਉਹਨਾਂ ਕਿਹਾ ਕਿ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਤਾਂ ਫਿਰ ਕਿਸੇ ਨਾ ਕਿਸੇ ਦਿਨ ਇਸ ਦਾ ਸਾਹਮਣਾ ਕਰਨਾ ਪਵੇਗਾ। ਅਕਾਲੀ ਦਲ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਹਾਲਤ ਦੇਖ ਲਵੋ, 25 ਸਾਲ ਰਾਜ ਕਰਨ ਵਾਲਿਆਂ ਕੋਲ ਅੱਜ 25 ਬੰਦੇ ਵੀ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਮੁਆਫ਼ੀ ਵਾਲੀ ਗੱਲ ਤੇ ਵੀ ਤੰਜ ਕਸੇ। 2-4 ਬੰਦੇ ਗਲਤ ਨਿਕਲੇ, 2 ਬਾਦਲ ਕੇ ਨੇ ਪਿਓ ਪੁੱਤ, ਇੱਕ ਕੈਪਟਨ ਹੈ, ਇੱਕ ਕੈਪਟਨ ਦੇ ਚਲੋ ਉਹਦੇ ਵੀ 2 ਲਾ ਲਓ ਨਾਲ, ਹੋਰ 3-4 ਬੰਦੇ ਨੇ ਬਸ। ਉਹਨਾਂ ਕਰਕੇ ਯਾਰ ਆਪਾਂ ਭੱਜਾਂਗੇ, ਆਪਾਂ ਤੋਂ ਆਪਾਂ ਉਹਨਾਂ ਨੂੰ ਹਟਾ ਦਿੰਦੇ ਹਾਂ ਜੋ ਡੈਮੋਕ੍ਰੇਸੀ ਹੈਗੀ ਆਪਣੇ ਕੋਲ। ਅਤੇ ਹੁਣ ਕਿੱਥੇ ਨੇ ਫਿਰ ਉਹ? ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ, ਦੱਸੋ ਮੈਨੂੰ ਗਾਲਾਂ ਕੱਢਣ ਦਾ ਕੀ ਫਾਇਦਾ ਹੋਇਆ? ਇਹਦਾ ਕੰਮ ਲੋਕਾਂ ਨੇ ਕੀਤਾ, ਮੈਂ ਕੀਤਾ? ਮੈਂ ਤਾਂ ਜ਼ਰੀਆ ਬਣਿਆ, ਮੈਂ ਤਾਂ ਵੋਟਾਂ ਮੰਗੀਆਂ ਸੀ, ਪਾਈਆਂ ਤਾਂ ਲੋਕਾਂ ਨੇ ਨਾ, ਜਨਤਾ ਮਾਲਕ ਹੈ ਨਾ। ਸੋ ਇਹਨਾਂ ਦਾ ਹਾਲਤ ਦੇਖ ਲਓ ਤੁਸੀਂ, ਫਿਰ ਐਂ ਹੁੰਦੀ ਹੈ ਹਾਲਤ। ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ, ਇੱਕ ਦਿਨ ਭੱਜ ਲਓਗੇ, 2 ਦਿਨ ਭੱਜ ਲਓਗੇ, 3 ਦਿਨ, ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਨਾ, ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ। ਆਹ ਦੇਖ ਲਓ ਅਕਾਲੀ ਦਲ ਦਾ ਕੀ ਹਾਲ ਹੋਇਆ ਪਿਆ, ਜਿਹੜੇ ਕਹਿੰਦੇ ਰਾਜ ਕਰਾਂਗੇ 25 ਸਾਲ, ਅੱਜ 25 ਬੰਦੇ ਨਹੀਂ ਇਕੱਠੇ ਗਏ, 10 15 ਇੱਧਰ ਨੂੰ ਫਿਰਦੇ ਨੇ, 3-4 ਇੱਧਰ ਨੂੰ ਫਿਰਦੇ ਨੇ, ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ। ਇਹਨਾਂ ਕੋਲ 10 ਸਾਲ ਤਾਂ ਲਗਾਤਾਰ ਸੀਗੇ, 7 ਤੋਂ 17 ਕੀ ਕੀਤਾ ਨੇ 10 ਸਾਲਾਂ 'ਚ? ਅਸਲੀ ਮੁੱਦਿਆਂ ਤੋਂ, ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ, ਆਪਦਾ ਹੀ ਕੀਤਾ ਸਾਰਾ ਜਿੰਨਾ ਕੀਤਾ। ਆਹ ਦੁੱਖ ਹੈਗਾ, ਥੋੜ੍ਹੀਆਂ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ।
ਕੀ ਕੁਛ ਹੋਇਆ ਇੱਥੇ ਪੰਜਾਬ 'ਚ ਦੇਖੋ। ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗਣ ਚਲੇ ਜਾਂਦੇ ਨੇ, ਨਾ ਇਹ ਦੱਸਦੇ ਨੇ ਕੀ ਕਰਨਾ ਜੀ, ਕਿ ਮਾਫ਼ੀ ਮੰਗਣਾ ਕਾਹਦੀ ਜੀ, ਗਲਤੀਆਂ ਦੀ, ਕਿਹੜੀਆਂ ਗਲਤੀਆਂ ਜੀ, ਪਤਾ ਨਹੀਂ ਜੀ, ਕਰਨ ਕੀ ਆਇਓ, ਮਾਫ਼ੀ ਮੰਗਣਾ ਹੈ ਜੀ, ਕਾਹਦੀ ਜੀ, ਗਲਤੀਆਂ ਜੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਹੁਣ ਤੱਕ 44,666 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਅਤੇ ਹੋਰ ਬਹੁਤ ਕੁਰਸੀਆਂ ਨੌਜਵਾਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਜਿੱਥੇ ਵੀ ਤੁਸੀਂ ਨੌਕਰੀ ਕਰਨੀ ਹੈ ਉੱਥੇ ਆਪਣੀ ਅਹਿਮੀਅਤ ਬਣਾਉਣੀ ਪਵੇਗੀ। ਸੀਐਮ ਮਾਨ ਵੱਲੋਂ ਸੁਖਬੀਰ ਬਾਦਲ ਦੇ ਮੁਆਫ਼ੀਨਾਮੇ 'ਤੇ ਤੰਜ ਕੱਸਿਆ ਗਿਆ, ਜਿਸ ਤੋਂ ਬਾਅਦ ਸਿਆਸਤ ਭੜਕ ਗਈ ਅਤੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਵੀ ਸੀਐਮ ਦੇ ਬਿਆਨ 'ਤੇ ਉਹਨਾਂ ਨੂੰ ਇੱਕ ਸਲਾਹ ਦੇ ਦਿੱਤੀ। ਸੀਐਮ ਮਾਨ ਦੇ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਦੇ ਮੁਆਫ਼ੀਨਾਮੇ 'ਤੇ ਤੰਜ ਕੱਸੇ ਗਏ। ਉਹਨਾਂ ਕਿਹਾ ਕਿ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਤਾਂ ਫਿਰ ਕਿਸੇ ਨਾ ਕਿਸੇ ਦਿਨ ਤਾਂ ਸਾਹਮਣਾ ਕਰਨਾ ਹੀ ਪਵੇਗਾ। ਅਕਾਲੀ ਦਲ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਦਾ ਹਾਲ ਵੇਖ ਲਵੋ, 25 ਸਾਲ ਦੀ ਰਾਜ ਕਰਨ ਦੀ ਗੱਲ ਆਖਣ ਵਾਲਿਆਂ ਦੇ ਨਾਲ ਅੱਜ 25 ਬੰਦੇ ਵੀ ਨਹੀਂ ਖੜੇ, ਜਿਸ ਤੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਤੰਜ ਕੱਸੇ ਨੇ। ਉਹਨਾਂ ਆਖਿਆ ਕਿ ਸੀਐਮ ਮਾਨ ਪੰਜਾਬ ਦੇ ਮੁੱਦਿਆਂ ਤੇ ਧਿਆਨ ਦੇਣ, ਅਕਾਲੀ ਦਲ ਬਾਰੇ ਟਿੱਪਣੀ ਕਰਨੀ ਕੋਈ ਖਾਸ ਜ਼ਰੂਰੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਹੈ ਅਤੇ ਉਹਨਾਂ ਦਾ ਜੋ ਵੀ ਆਦੇਸ਼ ਹੈ ਉਹ ਸਾਡੇ ਸਿਰ ਮੱਥੇ ਹੈ। ਪਰ ਤੁਸੀਂ ਇਹ ਭਾਵਨਾ ਕਦੇ ਸਮਝ ਨਹੀਂ ਸਕਦੇ ਕਿਉਂਕਿ ਤੁਸੀਂ ਦਿੱਲੀ ਦੇ ਵੱਡੇ ਅਤੇ ਛੋਟੇ ਤਖਤ ਦੇ ਗੁਲਾਮ। ਮੇਰਾ ਤੁਹਾਨੂੰ ਸਪਸ਼ਟ ਸਵਾਲ ਹੈ ਕਿ ਅੱਜ ਪੰਜਾਬ ਦਾ ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰਨ ਦੀ ਗੱਲ ਕਰਦੀ ਸੀ, ਤੁਸੀਂ ਕਿਹਾ ਜੀ ਅੱਜ ਸਾਡੇ ਕੋਲ 25 ਬੰਦੇ ਨੇ। ਸਵਾਲ ਤਾਂ ਇਹ ਉੱਠਦਾ ਕਿ ਕੀ ਭਗਵੰਤ ਮਾਨ ਕੋਲ 25 MLA ਹੈ ਕਿ ਸਾਰੇ ਕੇਜਰੀਵਾਲ ਦੇ ਮਗਰ ਲੱਗ ਕੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ। ਪੰਜਾਬ ਦੇ ਮੁੱਦਿਆਂ 'ਤੇ ਆਓ, ਅਸਲ ਪੰਜਾਬ ਦੇ ਮੁੱਦੇ ਕੀ ਨੇ? ਮੁੱਦੇ ਇਹ ਨੇ ਕਿ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਬੰਦ ਹੋ ਕੇ ਬਾਹਰ ਜਾ ਰਹੇ ਨੇ, ਉਹਦਾ ਕਾਰਨ ਹੈ ਕਿ ਉਰੇ ਗੈਂਗਸਟਰ ਫਰੌਤੀਆਂ ਮੰਗਦੇ ਨੇ, ਕਤਲ ਹੋ ਰਹੇ ਨੇ। NHAI ਨੇ 3,263 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਕਰਤੇ, ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ, ਇਹ ਪੰਜਾਬ ਦਾ ਮੁੱਦਾ। ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਥਾਣੇ 'ਚੋਂ, ਖਰੜ 'ਚੋਂ, ਤੁਹਾਡੀ ਨੱਕ ਨੀਚੇ ਥਾਣਾ, ਉਹ ਉੱਥੇ ਇੰਟਰਵਿਊ ਹੋ ਜਾਣੀ, ਇਹ ਪੰਜਾਬ ਦਾ ਮਸਲਾ ਹੈ। ਕਿਹਦੀ ਜਵਾਬਦੇਹੀ ਇਸ ਗੱਲ 'ਤੇ? SYL 'ਤੇ ਤੁਹਾਡਾ ਪੰਜਾਬ ਵਿਰੋਧੀ ਸਟੈਂਡ, ਇਹ ਪੰਜਾਬ ਦਾ ਮਸਲਾ। ਡੇਰਾ ਮੁਖੀ ਨੂੰ ਜਿਹੜੀ 295 ਦੀ ਸੈਂਕਸ਼ਨ ਤੁਸੀਂ 3 ਸਾਲ ਤੋਂ ਸਮਝੌਤੇ ਤਹਿਤ ਰੋਕ ਕੇ ਬੈਠੇ ਹੋ, ਇਹ ਪੰਜਾਬ ਦਾ ਮਸਲਾ। ਬੇਅਦਬੀ ਕੇਸਾਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਚਲੀ ਜਾਣੀ, ਤੁਹਾਡੀ ਸਹਿਮਤੀ ਨਾਲ ਸਟੇਅ ਹੋ ਜਾਣੀ, ਇਹ ਪੰਜਾਬ ਦਾ ਮਸਲਾ ਹੈ। ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਡਰੱਗ ਰੈਕਟ ਫੜਿਆ ਜਾਣਾ, ਮੁੱਖ ਮੰਤਰੀ ਸਾਹਿਬ, ਇਹ ਪੰਜਾਬ ਦਾ ਮਸਲਾ। DGP ਨੂੰ ਹਾਈਕੋਰਟ ਬੁਲਾ ਕੇ ਹਾਈਕੋਰਟ ਮਾਫ਼ੀ ਮੰਗਾਵੇ ਅਤੇ ਗੱਲ ਕਵੇ ਕਿ ਇਸ ਤਰੀਕੇ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਨਸ਼ਾ ਵਕਾਰੀ ਹੈ, ਇਹ ਪੰਜਾਬ ਦਾ ਮਸਲਾ। ਬਿਜਲੀ ਬੋਰਡ ਫੇਲ ਹੋ ਗਿਆ, ਡਿਵੈਲਪਮੈਂਟ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਰਹੀ, ਕਰਜ਼ਾ 3,00,000 ਕਰੋੜ ਨੂੰ ਪਾਰ ਕਰ ਗਿਆ, ਇਹ ਪੰਜਾਬ ਦੇ ਪੱਖ ਦੇ ਮੁੱਦੇ ਨੇ। ਅਤੇ ਤੁਸੀਂ ਕਿਹਦੀ ਗੱਲ ਕਰਨਾ ਚਾਹੁੰਦੇ ਹੋ? ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ? ਮੈਨੂੰ ਇਹ ਗੱਲ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਿਵੈਲਪਮੈਂਟ ਮਾਡਲ ਕੀ ਤੁਹਾਨੂੰ ਸੌਣ ਨਹੀਂ ਦਿੰਦਾ? ਕੀ ਤੁਹਾਨੂੰ ਬਾਦਲ ਪਰਿਵਾਰ ਤੋਂ ਡਰ ਲੱਗਦਾ? ਤੁਸੀਂ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾ ਕੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾ ਨਹੀਂ ਸਕਦੇ, ਮੁੱਖ ਮੰਤਰੀ ਸਾਹਿਬ। ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਵੱਲੋਂ ਵੱਖ ਵੱਖ ਵਿਭਾਗਾਂ ਦੇ 417 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਹਨਾਂ ਨੂੰ ਵਧਾਈ ਦਿੱਤੀ ਗਈ, ਜਿੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਅਤੇ ਸੁਖਬੀਰ ਬਾਦਲ ਤੇ ਰੱਜ ਕੇ ਤੰਜ ਕੱਸੇ। ਇੱਕ ਵਾਰ ਫਿਰ ਤੋਂ ਡੇਰਾ ਸਿਰਸਾ ਮੁਖੀ ਜੇਲ੍ਹ ਤੋਂ ਬਾਹਰ ਆ ਗਿਆ ਤੇ ਇਸ ਵਾਰ ਇਹ ਫਰਲੋ
21 ਦਿਨਾਂ ਦੀ ਮਿਲੀ ਹੈ ਜੋ ਕਿ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਦੌਰਾਨ ਉਹ ਬਾਗਪਤ ਸਥਿਤ ਬਰਨਵਾ ਆਸ਼ਰਮ ਦੇ ਵਿੱਚ ਰੁਕੇਗਾ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਛੁੱਟੀ ਮਿਲ ਗਈ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ 'ਚੋਂ ਬਾਹਰ ਆਇਆ। ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ 'ਤੇ ਛੁੱਟੀ ਦਿੱਤੀ ਹੈ ਕਿ ਉਹ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨਹੀਂ ਜਾਵੇਗਾ। ਉਹ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ 21 ਦਿਨਾਂ ਦੇ ਲਈ ਰੁਕੇਗਾ, ਜਿਸ ਤੋਂ ਬਾਅਦ ਰਾਮ ਰਹੀਮ ਨੇ ਆਪਣੇ ਸਮਰਥਕਾਂ ਨੂੰ ਵੀਡੀਓ ਦੇ ਜ਼ਰੀਏ ਸੁਨੇਹਾ ਦਿੱਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਸੇਵਾਦਾਰ ਕਹਿਣਗੇ ਤਾਂ ਉਸੇ ਤਰ੍ਹਾਂ ਹੀ ਤੁਸੀਂ ਕਰਨਾ ਹੈ। ਪਿਆਰੀ ਸਤਸੰਗ ਜੀ, ਸਭ ਕੋ ਬਹੁਤ ਬਹੁਤ ਆਸ਼ੀਰਵਾਦ। ਆਪਕੇ ਦਰਸ਼ਨੋਂ ਕੇ ਲੀਏ ਫਿਰ ਸੇ ਹਾਜ਼ਰ ਹੋਏ ਹੈ ਔਰ ਆਪ ਸਭ ਕੋ ਮਾਲਿਕ ਬਹੁਤ ਬਹੁਤ ਖੁਸ਼ੀਆਂ ਦੇ, ਆਸ਼ੀਰਵਾਦ ਕਹਤੇ ਹੈ। ਆਪ ਆਪਣੇ ਆਪਣੇ ਘਰੋਂ ਮੇ ਰਹਿਣਾ ਹੈ, ਕਿਸੀ ਨੇ ਯਹਾਂ ਪੇ ਨਹੀਂ ਆਨਾ। ਜੈਸੇ ਸੇਵਾਦਾਰ ਭਾਈ ਆਪਕੋ ਬਤਾਏਂਗੇ, ਸੇਵਾਦਾਰ ਜ਼ਿੰਮੇਵਾਰ ਆਪਕੋ ਬਤਾਏਂਗੇ, ਉਸਕੇ ਅਕੋਰਡਿੰਗ ਆਪਨੇ ਸੇਵਾ ਕਰਨੀ ਹੈ। ਮਾਲਿਕ ਆਪਕੋ ਬਹੁਤ ਬਹੁਤ ਖੁਸ਼ੀਆਂ ਦੇ, ਸਭ ਕੋ ਬਹੁਤ ਬਹੁਤ ਆਸ਼ੀਰਵਾਦ। ਬਰਨਾਵਾ ਆਸ਼ਰਮ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ 23 ਸੈਕਿੰਡ ਦਾ ਇਹ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਪਿਆਰੀ ਸਾਧ ਸੰਗਤ ਜੀ, ਮੈਂ ਫਿਰ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ। ਤੁਹਾਨੂੰ ਆਪਣੇ ਆਪਣੇ ਘਰਾਂ ਵਿੱਚ ਰਹਿਣਾ ਪਵੇਗਾ, ਇੱਥੇ ਕਿਸੇ ਨੂੰ ਨਹੀਂ ਆਉਣਾ ਚਾਹੀਦਾ। ਜਿਵੇਂ ਹੀ ਸੇਵਾ ਪ੍ਰਦਾਤਾ ਇੰਚਾਰਜ ਤੁਹਾਨੂੰ ਦੱਸੇਗਾ, ਤੁਹਾਨੂੰ ਸੇਵਾ ਕਰਨੀ ਪਵੇਗੀ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਬੇਲ ਤੋਂ ਬਾਅਦ ਬਹੁਤ ਸਾਰੇ ਸਿਆਸੀ ਗਲਿਆਰਿਆਂ 'ਚ ਅਤੇ ਸੰਸਥਾਵਾਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ SGPC ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਅਤੇ ਇਸ ਨੂੰ ਹਰਿਆਣਾ ਦੀਆਂ ਵੋਟਾਂ ਨਾਲ ਸੰਬੰਧਿਤ ਦੱਸਿਆ। ਇਸ ਮਸਲੇ 'ਤੇ ਹੁਣ ਸਿਆਸਤ ਵੀ ਭੜਕ ਗਈ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਤੋਂ 21 ਦਿਨ ਦੀ ਪੈਰੋਲ ਦੇਣ 'ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕੇਂਦਰ ਸਰਕਾਰ 'ਤੇ ਘੱਟ ਗਿਣਤੀ ਵਰਗ ਲਈ ਵੱਖ ਨੀਤੀਆਂ ਅਪਣਾਉਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਜੇਕਰ ਬਲਾਤਕਾਰ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਮੁਖੀ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਫਿਰ ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ। ਇਸ ਮੌਕੇ ਕਰਨੈਲ ਸਿੰਘ ਪੰਜੋਲੀ ਨੇ ਵੀ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦੇਖੋ, ਮੈਂ ਇਹ ਸਮਝਦਾ ਕਿ ਜਦੋਂ ਵੀ ਕਿਤੇ ਚੋਣਾਂ ਆਉਂਦੀਆਂ ਨੇ, ਭਾਵੇਂ ਉਹ ਪੰਜਾਬ 'ਚ ਹੋਣ ਜਾਂ ਮਤਲਬ ਹਰਿਆਣੇ 'ਚ ਹੋਣ, ਉਦੋਂ ਹੀ ਮਤਲਬ ਸਰਸੇ ਵਾਲੇ ਪਖੰਡੀ ਸਾਧ ਦੀਆਂ ਜਿਹੜੀਆਂ ਨੇ ਮਤਲਬ ਜ਼ਮਾਨਤ ਉਹਦੀ ਕਰਵਾਈ ਜਾਂਦੀ ਹੈ। ਪ੍ਰਧਾਨ ਜਾਣ ਬੁੱਝ ਕੇ ਉਹਦੀ ਜ਼ਮਾਨਤ ਕਰਵਾਉਂਦੀ ਹੈ, ਸਰਕਾਰ ਉਹਦੀ ਸਰਪ੍ਰਸਤੀ ਕਰਦੀ ਹੈ ਪੂਰੀ ਤਰ੍ਹਾਂ, ਤੇ ਉਹ ਪਖੰਡੀ ਸਾਧ ਸਨਾਤਨ ਹੈ ਸਿੱਖਾਂ ਦਾ, ਤੇ ਉਹ ਆਪਣਾ ਉਹਦੇ ਦੇ ਕਦਮ ਦੇ ਮੁਕਦਮੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ, ਉਹਨਾਂ ਦੀ ਬੇਅਦਬੀ ਕਰਨ ਦਾ ਉਹ ਦੋਸ਼ੀ ਹੈ, ਤੇ ਉਹ ਅਮਨ ਸ਼ਾਂਤੀ ਭੰਗ ਕਰਨ ਦਾ ਦੋਸ਼ੀ ਹੈ, ਦੋ ਫਿਰਕਿਆਂ ਵਿੱਚ ਤਣਾਅ ਪੈਦਾ ਕਰਕੇ ਖੂਨ ਖਰਾਬਾ ਕਰਨ ਦਾ ਦੋਸ਼ੀ ਹੈ। ਇਹੋ ਜਿਹਾ ਬੰਦਾ ਜਿਹੜਾ ਕ੍ਰਿਮੀਨਲ ਆਦਮੀ ਹੈ, ਉਹਨੂੰ ਵਾਰ ਵਾਰ ਸਰਕਾਰਾਂ ਪੈਰੋਲ ਸਿਰਫ ਇਸ ਕਰਕੇ ਜਾਂਦੀਆਂ ਨੇ, ਇਹ ਜਿਹੜੀਆਂ ਉਹਦੇ ਡੇਰੇ ਦੇ ਅੰਦਰ ਚਾਰ ਵੋਟਾਂ ਇਕੱਠੀਆਂ ਹੋਈਆਂ ਨੇ, ਉਹ ਵੋਟਾਂ ਇਕੱਠੀਆਂ ਕਰਨ ਦਾ ਇੱਕ ਮਨਸੂਬਾ। ਮੈਂ ਇਹ ਸਮਝਦਾ ਸਿੱਖਾਂ ਨੂੰ ਵਾਰ ਵਾਰ ਇਹ ਚੁਣੌਤੀ ਵੀ ਦਿੱਤੀ ਜਾ ਰਹੀ ਹੈ, ਚੜਾਇਆ ਜਾਣ ਦਾ ਚੜਾਉਣ ਦਾ ਯਤਨ ਕੀਤਾ ਜਾ ਰਿਹਾ, ਕਿਸੇ ਸੰਵਿਧਾਨ ਕਾਨੂੰਨ ਅਨੁਸਾਰ ਕਾਨੂੰਨ ਦੇ ਵਿੱਚ ਵੀ ਮੈਂ ਸਮਝਦਾ ਇੱਕ ਵੱਡਾ ਹਿੱਤ ਕਰਾ ਹੈ ਜੋ ਭਾਰਤ ਦੇ ਅੰਦਰ ਜੇ ਅਸੀਂ ਕਹਿ ਲਈਏ ਕਿ ਸਿੱਖਾਂ ਲਈ ਮਤਲਬ ਵੱਖਰੇ ਕਾਨੂੰਨ ਅਨੁਸਾਰ ਫੈਸਲੇ ਹੁੰਦੇ ਨੇ, ਤੇ ਉਹਨਾਂ ਦੇ ਪਖੰਡੀ ਵੋਟਾਂ ਦੇ ਵਪਾਰੀ ਜਿਹੜੇ ਲੋਕ ਨੇ ਉਹਨਾਂ ਲਈ ਵੱਖਰੇ ਤਰੀਕੇ ਨਾਲ ਹੁੰਦੇ ਨੇ।
ਜੀ ਭਾਈ ਜਗਤਾਰ ਸਿੰਘ ਹਵਾਰਾ ਤਿੰਨੇ ਸਾਲਾਂ ਤੋਂ ਜੇਲ੍ਹ ਵਿੱਚ, ਅੱਜ ਤੱਕ ਕੋਈ ਇੱਕ ਦਿਨ ਦੀ ਪੈਰੋਲ ਨਹੀਂ ਉਹਨੂੰ ਮਿਲ ਸਕੀ। ਭਾਈ ਤਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਭਿਓੜਾ, ਹੋਰ ਬਹੁਤ ਸਾਰੇ ਸਿੱਖ ਨੌਜਵਾਨ ਨੇ ਜਿਹੜੇ ਲਗਾਤਾਰ ਸਰਕਾਰ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਨੇ, ਜਿਹੜੀਆਂ ਜਿਹੜੇ ਕਿ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ, ਜੀ ਉਹਦੇ ਬਾਵਜੂਦ ਵੀ ਉਹਨਾਂ ਨੂੰ ਕਿਸੇ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਇਸ ਕਾਤਲ ਬੰਦੇ ਦੀ ਮਤਲਬ ਸਰਪ੍ਰਸਤੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹੁਣ ਵੀ ਹਰਿਆਣੇ ਦੇ ਵਿੱਚ ਵੋਟਾਂ ਹੋਣ ਦੀ ਜਲਦ ਹੀ ਸੰਭਾਵਨਾ ਬਣੀ ਹੋਈ ਹੈ, ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ ਹੈ, ਜੋ ਕਿ ਬਹੁਤ ਹੀ ਮੰਦਭਾਗ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਟਿਆਲਾ ਵਿਖੇ ਕੇਂਦਰ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਦੇ ਲਈ ਪਹੁੰਚੇ, ਜਿੱਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਪਟਿਆਲਾ ਵਿਖੇ ਕੇਂਦਰ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਮੌਕੇ ਪ੍ਰਧਾਨ ਹੁਣਾਂ ਵੱਲੋਂ ਦੱਸਿਆ ਗਿਆ ਕਿ ਇਹ ਇੱਕ ਪਰਿਵਾਰਕ ਮੁਲਾਕਾਤ ਸੀ। ਇਸ ਤੋਂ ਇਲਾਵਾ ਉਹਨਾਂ ਨੇ SGPC ਦੀਆਂ ਚੋਣਾਂ ਸੰਬੰਧੀ ਵੀ ਗੱਲਬਾਤ ਕੀਤੀ। ਮੈਂ ਅਤੇ ਸਰਦਾਰ ਭਗਵੰਤ ਸਿੰਘ ਸਿਆਲਕਾ ਐਡਵੋਕੇਟ, ਉਹ ਬੈਠ ਕੇ ਅਸੀਂ ਉਹਨਾਂ ਨਾਲ ਸਾਰੇ ਆਪਾਂ ਪਰਿਵਾਰਕ ਤੌਰ 'ਤੇ ਉਹ ਗੱਲਬਾਤ ਕਰਕੇ ਸਾਰੇ ਉਹਨਾਂ ਕੋਲ। ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਹੈ ਜੀ, ਉਹ ਇਸਦੇ ਸੰਬੰਧ 'ਚ ਦੇਖੋ, ਅਸੀਂ ਕਈ ਵਾਰੀ ਇਸ ਗੱਲ 'ਤੇ ਵੀ ਲਾਚਾਰ ਹੋ ਜਾਂਦੇ ਹਾਂ ਬਈ ਕਾਨੂੰਨ ਸ਼ਾਇਦ ਸਾਡੇ ਲਈ ਕੋਈ ਅਵੇਸਲਾ ਜਾਂ ਨਿਵੇਕਲਾ ਬਣਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵੰਤ ਸਿੰਘ ਸਿਆਲਕਾ ਵੱਲੋਂ ਅਸੀਂ ਇੱਕ ਪਟੀਸ਼ਨ ਪਾਈ ਹਾਈ ਕੋਰਟ 'ਚ, ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਪੈਰੋਲ ਮਿਲਦੀ ਆ, ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸੀ ਮਿਲ ਇੱਕ ਸਾਲ 'ਚ ਇੱਕ ਵਾਰੀ ਮਸੀ ਮਿਲਦੀ। ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ, ਰੋਕ ਵੀ ਲੱਗ ਗਈ ਸੀ, ਪਰ 2-3 ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰੱਥ ਆ ਉਹ ਇਹਦਾ ਫੈਸਲਾ ਲਵੇ, ਅਤੇ ਉਹ ਜਿਹੜੀ ਸਮਰੱਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ, ਉਹ ਤਾਂ ਹੁਣ ਆ 21 ਦਿਨਾਂ ਦੀ ਦਸ ਦਿਨਾਂ ਬਾਅਦ ਜਾਣਗੇ, 21 ਦਿਨਾਂ ਤੋਂ ਬਾਅਦ ਮੁੜ ਫੇ ਦੇ ਦੇਣਗੇ। ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ, ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ, ਜੇਲ੍ਹ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ। ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ, ਅਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਅਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਨਹੀਂ ਵਰਤਣਾ ਇਹਨਾਂ ਨੂੰ। ਪ੍ਰਧਾਨ ਸਾਹਿਬ, ਅੱਜ ਮੁਲਾਕਾਤ ਦੇ ਵਿੱਚ ਕੀ ਕੁਛ ਖਾਸ ਰਿਹਾ? ਮਤਲਬ ਸਾਡੀ ਪਰਿਵਾਰਕ ਮੁਲਾਕਾਤ ਸੀ, ਮੈਂ ਵਾਰ ਵਾਰ ਕਹਿੰਦਾ ਖਾਸ ਕੋਈ ਨਹੀਂ ਹੁੰਦਾ, ਜਿਹੜੇ ਪਰਿਵਾਰਕ ਮੁਲਾਕਾਤ ਹੋਵੇ ਫਿਰ ਸਾਰਾ ਆਮ ਹੀ ਹੁੰਦਾ, ਸਾਰਾ ਖਾਸ ਹੀ। SGPC ਨੂੰ ਲੈ ਕੇ ਵੀ ਗੱਲਬਾਤ ਹੋਈ ਚੋਣਾਂ ਨੂੰ ਲੈ ਕੇ? SGPC ਦੇ ਉਹ ਵਿਚਾਰੇ ਕਿਉਂਕਿ ਅੰਦਰ ਬੈਠੇ ਆ, ਉਹਨਾਂ ਨੇ ਬੈਠ ਕੇ ਜੋ ਸਾਡੇ ਨਾਲ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ਾਹਰ ਕਰਦੇ ਰਹੇ, ਹੁਣ ਵੀ ਆਪਾਂ ਬੈਠ ਕੇ ਪਰਿਵਾਰਕ ਤੌਰ 'ਤੇ ਗੱਲ ਕਰਦੇ। ਇੱਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਫਾਂਸੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਤੋਂ ਸਜ਼ਾ ਮੁਆਫੀ ਦੇ ਮਾਮਲੇ ਵਿੱਚ ਕੋਈ ਪੈਰਵਾਈ ਨਾ ਕਰਨ 'ਤੇ ਸਿੱਖ ਆਗੂਆਂ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਸੀ ਅਤੇ ਭੁੱਖ ਹੜਤਾਲ ਕਰਨ ਦੀ ਗੱਲ ਵੀ ਆਖੀ ਸੀ, ਜਿਸ ਤੋਂ ਬਾਅਦ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ SGPC ਪ੍ਰਧਾਨ ਦੇ ਵੱਲੋਂ ਰਾਜੋਣਾ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਪੈਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਦੁਆਬੇ ਦਾ ਬਹੁਤ ਹੀ ਵੱਡਾ ਤੇ ਸ਼ਾਨਦਾਰ ਸ਼ਹਿਰ ਇਸ ਸਮੇਂ ਵੱਡੀ ਮੁਸ਼ਕਲ ਦੇ ਵਿੱਚ ਹੈ, ਇਹ ਕਹਿਣਾ ਹੈ ਕਾਂਗਰਸ ਦਾ, ਜਿਸ ਕਰਕੇ ਉਹਨਾਂ ਦੇ ਵੱਲੋਂ ਅੱਜ ਮੰਤਰੀ ਬਲਕਾਰ ਸਿੰਘ ਦਾ ਘਰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਨੂੰ ਰੋਕ ਲਿਆ ਗਿਆ। ਜਲੰਧਰ ਵਿੱਚ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵੱਲੋਂ ਮੰਤਰੀ ਬਲਕਾਰ ਸਿੰਘ ਦੇ ਘਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਬੈਰੀਗੇਟ ਲਗਾ ਕੇ ਉਹਨਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਦੇ ਵੱਲੋਂ ਸੜਕ ਤੇ ਹੀ ਧਰਨਾ ਲਗਾ ਦਿੱਤਾ ਗਿਆ। ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸ਼ਹਿਰ ਵਿੱਚ ਗੰਦਗੀ ਅਤੇ ਸਟਰੀਟ ਲਾਈਟਾਂ ਨਾ ਚਲਾਉਣ ਵਰਗੀਆਂ ਹੋਰ ਕਈ ਸਮੱਸਿਆਵਾਂ ਦੇ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਵੱਲ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਉਹਨਾਂ ਨੂੰ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਦੇਖੋ ਜਲੰਧਰ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਆ, ਇਹੀ ਮੰਗ ਹੈ ਕਿ ਬੜਾ ਵੱਡਾ ਬਦਲਾਵ ਆਇਆ ਸੀਗਾ ਪੰਜਾਬ ਦੇ ਵਿੱਚ ਔਰ ਉਸ ਬਦਲਾਵ ਨੂੰ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਆ। ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਸੀ, ਪਾਣੀ ਲੈ ਕੇ ਆਇਆ ਕਲੋਨੀਆਂ ਤੋਂ, ਔਰ ਨਾ ਕੋਈ ਸਟਰੀਟ ਲਾਈਟ, ਸੀਵਰੇਜ ਦਾ ਬਹੁਤ ਬੁਰਾ ਹਾਲ, ਸੜਕਾਂ ਦੀ ਤਾਂ ਅਸੀਂ ਗੱਲ ਹੀ ਨਹੀਂ ਕਰਦੇ। ਪਹਿਲਾਂ ਇੱਕ ਹਫ਼ਤਾ ਪਹਿਲਾਂ ਅਸੀਂ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਸੀਗਾ ਸਾਰੇ ਕਾਂਗਰਸੀ ਵਰਕਰਾਂ ਨੇ ਬਾਬਾ ਜੀ ਦੀ ਅਗਵਾਈ ਦੇ ਵਿੱਚ, ਔਰ ਅੱਜ ਅਸੀਂ ਬਲਕਾਰ ਸਿੰਘ ਵਰਾਂ ਦੇ ਬਾਹਰ ਧਰਨਾ ਦਿੱਤਾ, ਔਰ ਅਸੀਂ ਇਹੀ ਰਿਕੁਐਸਟ ਕਰ ਰਹੇ ਹਾਂ ਕਿ ਸ਼ਹਿਰ ਨੂੰ ਸੰਭਾਲੋ, ਸ਼ਹਿਰ ਨੂੰ ਘੱਟੋ ਘੱਟ ਪਾਣੀ ਦੇ ਚੰਗਾ ਪੀਣ ਨੂੰ ਦੇ ਦਈਏ। ਜੇ ਪਾਣੀ ਨਹੀਂ ਅਸੀਂ ਦੇ ਸਕਦੇ ਤਾਂ ਉਸ ਸਰਕਾਰ ਨੂੰ ਚਲਾਉਣ ਦਾ ਕੋਈ ਹੱਕ ਨਹੀਂ, ਅਤੇ ਜੇ ਇਹਨਾਂ ਨੇ ਫਿਰ ਵੀ ਇਹ ਹਾਲਾਤ ਠੀਕ ਨਾ ਕੀਤੇ ਤਾਂ ਅਸੀਂ 15 ਦਿਨਾਂ ਬਾਅਦ ਨਗਰ ਨਿਗਮ ਦੇ ਅੰਦਰ ਜਾਵਾਂਗੇ ਔਰ ਉੱਥੇ ਤਾਲਾ ਲਾ ਕੇ ਅਫਸਰਾਂ ਨੂੰ ਕਹਾਂਗੇ ਕਿ ਤੁਸੀਂ ਕੋਈ ਕੰਮ ਕਰਨ ਦੇ ਲਾਇਕ ਨਹੀਂ ਹੈਗੇ, ਤੁਸੀਂ ਇਸ ਨਗਰ ਨਿਗਮ ਨੂੰ ਛੱਡੋ, ਫਿਰ ਅਗਲੀ ਕਾਰਵਾਈ ਅਸੀਂ। ਛੋਟੀ ਜਿਹੀ ਬਰਸਾਤ ਦੇ ਨਾਲ ਇਹ ਹਾਲਾਤ, ਜੇ ਕਿਤੇ ਘੰਟਾ ਡੇਢ ਘੰਟਾ ਬਰਸਾਤ ਹੋਰ ਹੋ ਜਾਂਦੀ ਹੈ ਫਿਰ ਪੰਜਾਬ ਦੇ ਜਲੰਧਰ ਦੇ ਹਾਲਾਤ ਕੀ ਬਣਨੇ ਸੀਗੇ। ਪਿੰਡ ਚੌਂਕ ਦੇ ਵਿੱਚ ਬੜੀ ਹਾਲਤ ਖਰਾਬ ਸੀ, ਬਸ ਤੋਂ ਸਾਰੇ ਪਾਸੇ ਜੀ, ਸਾਰੇ ਪਾਸੇ ਲੰਮਾ ਪਿੰਡ ਚੌਂਕ ਲੈ ਲਓ, ਗੁਰੂ ਗੋਬਿੰਦ ਸਿੰਘ ਐਵਨਿਊ ਲੈ ਲਓ, ਜਿਹੜਾ ਵੀ ਮਰਜ਼ੀ ਜਗ੍ਹਾ ਲੈ ਲਓ, ਚਾਹੇ ਤੁਹਾਡੇ ਇਲਾਕੇ ਦੀ ਗੱਲ ਕਰ ਲਈਏ, ਉਹਦੀ ਗੱਲ ਕਰ ਲਈਏ, ਲੋਕਾਂ ਦੇ ਅੰਦਰ ਤੱਕ ਪਾਣੀ ਗਿਆ, ਦੋ ਦੋ ਤਿੰਨ ਤਿੰਨ ਘੰਟੇ ਪਾਣੀ ਅੰਦਰ। ਅੱਛਾ ਹੁਣ ਤੁਸੀਂ ਮੇਨ ਕੀ ਕਹਿ ਰਹੇ ਹੋ ਕਿ 15 ਦਿਨ ਦਾ ਟਾਈਮ ਦਿੱਤਾ, ਫਿਰ ਨੈਕਸਟ ਜਿਹੜਾ ਪ੍ਰੋਗਰਾਮ ਬਣੇਗਾ ਅਸੀਂ ਨਗਰ ਨਿਗਮ ਦੇ ਵਿੱਚ ਫਿਰ ਕਰਾਵਾਂਗੇ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਇਸ ਤੋਂ ਇੱਕ ਹਫ਼ਤਾ ਪਹਿਲਾਂ ਵੀ ਉਹਨਾਂ ਦੇ ਵੱਲੋਂ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਗਿਆ ਸੀ, ਜਿੱਥੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਪਰ ਉਸ ਦਾ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਰੋਸ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਵੀ ਲਗਾਇਆ ਜਾਵੇਗਾ। ਦਿੱਲੀ ਦੇ ਕੈਬਨਿਟ ਮੰਤਰੀ ਅਤਸ਼ੀ ਨੂੰ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਆਗਿਆ ਨਾ ਦੇਣ ਤੇ ਵਿਵਾਦ ਛਿੜ ਗਿਆ ਕਿਉਂਕਿ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਝੰਡਾ ਲਹਿਰਾਉਣ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਅਤਸ਼ੀ ਨੇ BJP ਤੇ ਨਿਸ਼ਾਨੇ ਸਾਧੇ ਨੇ। ਆਜ਼ਾਦੀ ਦਿਹਾੜੇ ਤੇ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਗ੍ਹਾ ਅਤਸ਼ੀ ਨੇ ਝੰਡਾ ਲਹਿਰਾਉਣਾ ਸੀ। ਕੇਜਰੀਵਾਲ ਨੇ ਜੇਲ੍ਹ ਦੇ ਅੰਦਰ ਰਹਿੰਦੇ ਹੋਏ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ 15 ਅਗਸਤ ਨੂੰ ਛਤਰਸਾਲ ਸਟੇਡੀਅਮ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਅਤਸ਼ੀ ਉਹਨਾਂ ਦੀ ਜਗ੍ਹਾ ਝੰਡਾ ਲਹਿਰਾਏ, ਪਰ ਦਿੱਲੀ ਸਰਕਾਰ ਦੇ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੇ ਕੇਜਰੀਵਾਲ ਦੇ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ, ਜਿਸ ਤੇ ਅਤਸ਼ੀ ਭੜਕ ਗਏ ਅਤੇ ਉਹਨਾਂ ਨੇ BJP ਤੇ ਤੰਜ ਕਸੇ ਨੇ। ਹਮ 15 ਅਗਸਤ ਕੋ ਝੰਡਾ ਕਿਉਂ ਫਹਿਰਾਤੇ, ਕਿਉਂਕਿ ਸਵਤੰਤਰਤਾ ਦਿਵਸ 15 ਅਗਸਤ 1947 ਵੋ ਦਿਨ ਥਾ ਜਿਸ ਦਿਨ ਪਰ ਭਾਰਤ ਕੇ ਲੋਗੋਂ ਕੋ ਖੁਦ ਪਰ ਰਾਜ ਕਰਨੇ ਕਾ ਅਧਿਕਾਰ ਮਿਲਾ। 15 ਅਗਸਤ 1947 ਸੇ ਪਹਿਲੇ ਭਾਰਤ ਮੇਂ ਅੰਗਰੇਜ਼ੋਂ ਕਾ ਰਾਜ ਹੋਤਾ ਥਾ। ਅੰਗਰੇਜ਼ ਇੱਕ ਵਾਇਸ ਰਾਏ ਕੋ ਭੇਜਤੇ ਥੇ ਜੋ ਆਪਣੀ ਮਨ ਮਰਜ਼ੀ ਸੇ ਸਰਕਾਰ ਚਲਾਤਾ ਥਾ।
भारत के लोगों का उस सरकार में कोई अधिकार नहीं होता था, कोई आवाज नहीं होती। तो हम 15 अगस्त को झंडा लोकतंत्र के लिए फहराते हैं, आजादी के लिए फहराते हैं, भारत के लोगों की आवाज सुनने के हक के लिए फहराते हैं। लेकिन आज एक चुनी हुई सरकार के झंडा फहराने के अधिकार को छीना जा रहा है। आज दिल्ली में ऐसा लग रहा है कि एक नए वायसराय आ गए हैं, एक नए वायसराय आ गए हैं जो कह रहे हैं झंडा वो फहराएंगे। मैं एलजी साहब से कहना चाहती हूं कि 15 अगस्त को हमें यूनियन जैक नहीं फहराना, 15 अगस्त को हमें स्वतंत्र भारत का तिरंगा फहराना है, और वो तिरंगा फहराना देश के लोगों का अधिकार है, दिल्ली के लोगों का अधिकार है, दिल्ली के लोगों द्वारा चुनी हुई सरकार का अधिकार है। और अगर चुनी हुई सरकार को झंडा नहीं फहराने दिए जाता तो इससे बड़ा तानाशाही का कोई प्रमाण नहीं हो सकता। तो हम देखेंगे कि भारतीय जनता पार्टी तानाशाही के साथ खड़ी है कि लोकतंत्र के साथ खड़ी है। इस तो बाद हुणे साफ हो गया कि आतशी आजादी दिहाड़े मौके दिल्ली विच होने वाले प्रोग्राम दे विच राष्ट्रीय झंडा नहीं लहरा सकनगे। इस प्रस्ताव नूं खारज करदे समय एडमिनिस्ट्रेशन दे वल्लों नियमां दा हवाला दित्ता गया है। पैरिस ओलंपिक समाप्त हो चुके अते देश दे खिडारी अज तड़कसारी देश वापस परत आए ने। उन्हां दा दिल्ली दे एयरपोर्ट ते शानदार स्वागत किया गया अते वख-वख सियासतदानां दे वल्लों उन्हां नूं मुबारकबाद भी दित्ती गई। पैरिस ओलंपिक दे विचों वख-वख मैडल जित्तण तों बाद होई क्लोजिंग सैरेमनी दा हिस्सा बनण तों बाद ਸਾਰੇ ਹੀ ਭਾਰਤੀ ਓਲੰਪਿਕ ਖਿਡਾਰੀ ਵਾਪਸ ਦੇਸ਼ ਪਰਤ ਚੁੱਕੇ ਨੇ, ਜਿਨ੍ਹਾਂ ਦਾ ਅੱਜ ਤੜਕਸਾਰ ਹੀ ਸਵਾਗਤ ਕਰਨ ਦੇ ਲਈ ਵੱਡੀ ਭੀੜ ਦਿੱਲੀ ਦੇ ਹਵਾਈ ਅੱਡੇ ਤੇ ਪਹੁੰਚੀ ਅਤੇ ਢੋਲ ਧਮੱਕਿਆਂ ਦੇ ਨਾਲ ਭਾਰਤੀ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ, ਜਿਸ ਵਿੱਚ ਪਹਿਲਵਾਨ ਸ਼ਹਿਰਾਵਤ ਅਤੇ ਹਾਕੀ ਦੇ ਕੁਝ ਖਿਡਾਰੀ ਸ਼ਾਮਲ ਸਨ। ਆਪਣਾ ਸੰਨਿਆਸ ਅਨਾਊਂਸ ਕਰ ਚੁੱਕੇ ਸ਼੍ਰੀ ਜੇਸ਼ ਨੇ ਇੱਥੇ ਖਾਸ ਗੱਲਬਾਤ ਵੀ ਕੀਤੀ। एक गर्व की बात है और हम लोग जितना कोशिश कर रहे हैं कि इसी चीजों को कंटिन्यू रहते रहो और इट्स एंड ऑफ ए जर्नी, बट आपको हमेशा पता है कि एक बंदा निकलने के बाद आपके जैसे हजार बंदा आएगा आपके जूते पे। सो डेफिनेटली मेरे लिए खुश की बात है कि मेरे टीम मेरे लिए खेला, एक मेडल दिला के वापस मैं जा रहा हूँ। मेडल जीत के एक बार देश प्रति मनु भाकर क्लोजिंग सेरेमनी लिए वापस पैरिस गए सन, जो कि हुण दोबारा तो देश परत आए ने। उन्होंने इस मौके हरियाणा के मंत्री मनोहर लाल खट्टर दे नाल मुलाकात की, जिथे मनोहर लाल खट्टर वालों मनु नूं मुबारकबाद दिती गई। अज दे इस बुलेटिन विच इन्ना ही, कल मुड़ तो हाजिर होवांगे। मैनूं दिओ इजाजत, धन्नवाद।